ਨਾਮ ਜੋੜਨਾ ਤਾਂ ਦੂਰ, ਪਰ ਅੰਧਾਵਿਆਂ ਦੇ ਪੈਰ ਦੀ ਜੁੱਤੀ ਦੀ ਮਿੱਟੀ ਵੀ ਨਾ ਮੈਂ ਆਪਣੇ ਘਰ 'ਚ ਵੜਨ ਦੇਵਾਂ। ਬਸ ਮੇਰਾ ਫੈਸਲਾ ਹੈ ਕਿ ਆ ਰਿਸ਼ਤਾ ਕਦੇ ਵੀ ਨਹੀਂ ਹੋ ਸਕਦਾ। ਤੂੰ ਕੌਣ ਹੁੰਦੀ ਹੈ ਫੈਸਲਾ ਲੈਣ ਵਾਲੀ? ਐਂ ਤੂੰ ਨਿੰਮੋ ਦੀ ਜਾਂ ਪਿਓ? ਫਿਰ ਤੈਨੂੰ ਕਿੰਨੇ ਹੱਕ ਦਿੱਤਾ ਕਿ ਤੂੰ ਉਨ ਦੋਵਾਂ ਦੇ ਵੰਡੇ ਦਾ ਫੈਸਲਾ ਲੈ ਸਕੇ? ਵੇਖ ਮਾਈ, ਮੈਂ ਤੇਰੇ ਚੱਕਰ 'ਚ ਨਾ ਆਪਣੀ ਭੈਣ ਦੀ ਇੱਜ਼ਤ ਨਹੀਂ ਰੁਲਣ ਦਾਂਗਾ। ਨਿੰਮੋ ਦੇ ਵਿਆਹ ਦਾ ਫੈਸਲਾ ਉਹਦੇ ਮਾਂ ਪਿਓ ਲੈਣਗੇ, ਤੂੰ ਨਹੀਂ। ਡਾਕਟਰ, ਮੈਨੂੰ ਝੂਠੇ ਧੋਖੇਬਾਜ਼ੀ ਨਾਲ ਨਾ ਬਹੁਤ ਨਫ਼ਰਤ ਹੈ। ਜੇ ਮਾਹੀ ਮੇਰੀ ਦੋਸਤ ਹੁੰਦੇ ਨਾ ਤੁਹਾਨੂੰ ਪਤਾ ਹੁੰਦਾ ਕਿ ਮੈਂ ਝੂਠ ਬਰਦਾਸ਼ਤ ਨਹੀਂ ਕਰ ਸਕਦਾ। ਫਿਰ ਭਾਵੇਂ ਉਹ ਕਿਸੇ ਦੀ ਬਿਹਤਰੀ ਲਈ ਕਿਉਂ ਨਾ ਹੋਵੇ। ਅਸ਼ਦਾ ਹੀ ਪੱਕਾ ਨਿੰਮੋ ਨੂੰ ਮਿਲਣ ਗਿਆ ਹੋਣਾ। ਹਾਏ ਜੀ, ਕਿਸੇ ਨੇ ਵੇਖ ਲਿਆ ਕਿ ਵਿੱਕੀ ਨਿੰਮੋ ਕੋਲ ਗਿਆ ਤਾਂ ਬਖੇੜਾ ਖੜਾ ਹੋ ਜਾਣਾ। ਫੋਨ ਤੇ ਇਹਦਾ ਇੱਥੇ ਵੱਜਣ ਡਿਆ, ਮੈਨੂੰ ਇਹਨੂੰ ਰੋਕਣਾ ਪੈਣਾ। ਮੈਨੂੰ ਪਤਾ ਮਾਹੀ, ਮੈਂ ਤੇਰੇ ਤੋਂ ਬਹੁਤ ਰੁੱਖਾ ਬੋਲਿਆ ਸੀ, ਪਰ ਤੂੰ ਕਿਉਂ ਕਰਦੀ ਇਹੋ ਜਿਹੀ ਹਰਕਤਾਂ, ਉਹ ਵੀ ਬਾਰ ਬਾਰ? ਤੈਨੂੰ ਪਤਾ ਵੀ ਹੈ ਮੈਨੂੰ ਝੂਠ ਤੋਂ ਸਖ਼ਤ ਨਫ਼ਰਤ ਹੈ। ਗੁੱਸਾ ਆਉਂਦਾ ਮੈਨੂੰ ਜਦੋਂ ਕੋਈ ਵੀ ਝੂਠ ਬੋਲਦਾ। ਹਾਏ ਜੀ, ਲਾਲੀ ਆਂਟੀ ਦੇ ਵੀਰ ਨੇ ਉਹਨੂੰ ਵੇਖ ਲਿਆ ਉੱਥੇ ਤਾਂ ਕੁੱਟ ਛੱਡਣਾ ਉਹਨੂੰ, ਤੇ ਜਿਹੜਾ ਸਿਆਪਾ ਹੋਏਗਾ ਉਹ ਅੱਡ ਮੈਨੂੰ ਸਾਹਮਣਾ ਪੈਣਾ। ਵਿੱਕੀ, ਤੂੰ ਇੱਥੇ, ਉਹ ਵੀ ਇਸ ਵੇਲੇ? ਨਿੰਮੋ, ਹੁਣ ਮੈਂ ਵੀ ਕੁਛ ਨਾ ਕੁਛ ਤੇ ਕਰਨਾ ਹੀ ਸੀਗਾ ਯਾਰ। ਕਿੰਨਾ ਚਿਰ ਹੋ ਗਿਆ ਆਪਣੀ ਗੱਲ ਨਹੀਂ ਹੋਈ, ਨਾ ਮੈਂ ਤੈਨੂੰ ਵੇਖਿਆ। ਵਿੱਕੀ, ਮੈਂ ਵੀ ਤੜਫਣ ਡਈ ਸੀ ਤੈਨੂੰ ਮਿਲਣ ਲਈ, ਇੰਨਾ ਵੱਡਾ ਕਾਂਡ ਹੋ ਗਿਆ ਤੇ ਆਪਣੀ ਗੱਲ ਵੀ ਨਹੀਂ ਹੋਈ। ਨਿੰਮੋ, ਤੂੰ ਠੀਕ ਤਾਂ ਹੈ ਨਾ? ਕਿਸੇ ਨੇ ਹੱਥ ਤਾਂ ਨਹੀਂ ਚੁੱਕਿਆ ਤੇਰੇ ਤੇ? ਮੰਮੀ ਮਾਰਨ ਲੱਗੇ ਸੀ ਪਰ ਵੀਰ ਜੀ ਨੇ ਆ ਕੇ ਬਚਾ ਲਿਆ।
ਉਹਦੇ ਵੀਰ ਜੀ, ਨਾ ਹੀ ਕਦੇ ਉਹਨੂੰ ਚਪੇੜ ਖਾਣ ਦੇ ਸਕਦੇ ਨੇ ਤੇ ਨਾ ਹੀ ਕਦੇ ਬਰਦਾਸ਼ਤ ਕਰ ਸਕਦੇ ਨੇ ਕਿ ਕੋਈ ਮੁੰਡਾ ਅੱਧੀ ਰਾਤੀ ਘਰ ਦੀ ਕੰਧ ਟੱਪ ਕੇ ਉਹਨੂੰ ਮਿਲਣਾ। ਚੱਲ ਓ ਵੀਰ, ਭਲਾ ਹੋ ਜੇ ਅੱਧੀ ਰਾਤ ਨੂੰ ਕਿਹੜੀ ਤਮਾਸ਼ਮੀ ਨਹੀਂ ਲੱਗੀ ਹੈ ਬਾਹਰ, ਖੁਸਰ ਫੁਸਰ ਹੋਣ ਡਈ ਹੈ ਕੁਝ। ਨੀ ਪ੍ਰੀਤੋ ਉੱਠ, ਆ ਬਾਹਰ ਵੇਖ ਕੀ ਖੁਸਰ ਫੁਸਰ ਹੋਣ ਡਈ ਹੈ। ਮੇਰੀ ਗੱਲ ਤੇ ਸੁਣ ਯਾਰ, ਮੈਂ ਤੇ ਬਾ ਵੇਖਣਾ ਹੈ ਹੀ ਨਿੰਮੋ ਠੀਕ ਠਾਕ ਹੈ ਕਿ ਨਹੀਂ। ਨਿੰਮੋ ਆਪਣੇ ਘਰ ਹੈਗੀ ਹੈ, ਠੀਕ ਹੀ ਹੋਊਗੀ। ਹਿੰਮਤ ਕਿਤੋਂ ਹੋਈ ਤੇਰੀ? ਉਹ ਫਿਕਰ ਹੋਣ ਡਈ ਸੀ ਮੈਨੂੰ ਇਹਦੀ। ਫਿਕਰ ਤਾਂ ਹੁਣ ਪੁੱਤ ਤੇਰੀ ਮਾਂ ਨੂੰ ਹੋਊਗੀ ਤੇਰੀ, ਜਦੋਂ ਮੈਂ ਤੇਰੀ ਆ ਕਰਤੂ ਤੇਰੀ ਮਾਂ ਨੂੰ ਦੱਸੂਗੀ। ਆ ਤੁਸੀਂ ਬਾਂਸਲਾਂ ਨੇ ਨਾ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਨੇ ਕਿ ਅੱਧੀ ਰਾਤ ਨੂੰ ਚੋਰਾਂ ਵਾਂਗ ਕਿਸੇ ਦੇ ਘਰ ਕਿਸੇ ਦੀ ਕੁੜੀ ਨੂੰ ਮਿਲਣ ਆਉਣ ਡਿਆ ਆ। ਹੈ ਨਾ ਡਰ ਹੈਗਾ ਤੇਰੀਆਂ ਹੱਡੀਆਂ 'ਚ? ਜਾਂ ਸੇਕ ਦੇਵਾਂ ਮੈਂ ਤੇਰੀਆਂ ਹੱਡੀਆਂ ਨੂੰ ਛਿੱਤਰਾਂ ਨਾਲ? ਯਕੀਨ ਮੰਨੋ ਆਂਟੀ ਮੇਰਾ, ਮੈਂ ਤਾਂ ਬਸ ਮੌਕਾ ਦੇਵਾਂਗੀ ਤੈਨੂੰ ਵੀ, ਮੈਂ ਜ਼ਰੂਰ ਮੌਕਾ ਦੇਵਾਂਗੀ ਬੋਲਣ ਦਾ। ਜਦੋਂ ਤੂੰ ਪੰਚਾਇਤ 'ਚ ਜਲੀਲ ਹੋਏਗਾ ਨਾ ਕਿ ਤੂੰ ਅੱਧੀ ਰਾਤ ਨੂੰ ਸਾਡੇ ਘਰ 'ਚ ਚੋਰੀ ਕਰਨ ਦੇ ਇਰਾਦੇ ਤੋਂ ਵੜਿਆ ਸੀ ਨਾ, ਉਦੋਂ ਤੈਨੂੰ ਮੈਂ ਜ਼ਰੂਰ ਮੌਕਾ ਦੇਵਾਂਗੀ ਬੋਲਣ ਦਾ। ਝੂਠ ਬੋਲ ਕੇ ਲੋਕਾਂ ਨੂੰ ਬਦਨਾਮ ਕਰਨਾ ਤਾਂ ਤੁਹਾਡੀ ਪੁਰਾਣੀ ਆਦਤ ਹੈ, ਇਸ ਲਈ ਪੰਚ ਤਾਂ ਤੁਹਾਡੀ ਗੱਲ ਮੰਨਣਗੇ ਨਹੀਂ ਕਿ ਵਿੱਕੀ ਇੱਥੇ ਚੋਰੀ ਕਰਨ ਆਇਆ ਸੀ। ਪਰ ਜੇ ਫਿਰ ਵੀ ਤੁਸੀਂ ਪੰਚਾਇਤ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਚੱਲੋ, ਬਦਨਾਮੀ ਕੱਲੀ ਵਿੱਕੀ ਦੀ ਨਹੀਂ ਤੁਹਾਡੀ ਆਪਣੀ ਧੀ ਨਿੰਮੋ ਦੀ ਵੀ ਹੋਣੀ ਹੈ, ਅਤੇ ਮੇਰੇ ਹੁੰਦੇ ਇੱਕ ਕੁੜੀ ਦੀ ਬੇਇੱਜ਼ਤੀ ਨਹੀਂ ਹੋ ਸਕਦੀ। ਮੈਂ ਮੰਨਦੀ ਹਾਂ ਕਿ ਵਿੱਕੀ ਨੇ ਇੱਥੇ ਆ ਕੇ ਇਸ ਵੇਲੇ ਬਹੁਤ ਵੱਡੀ ਗਲਤੀ ਕੀਤੀ ਹੈ, ਪਰ ਉਹ ਤੁਹਾਡੀ ਧੀ ਨੂੰ ਪਿਆਰ ਕਰਦਾ ਹੈ। ਬੇਚੈਨ ਹੋਣ ਡੇ ਹੀ ਦੋਨੋਂ ਇੱਕ ਦੂਜੇ ਨੂੰ ਮਿਲਣ ਲਈ, ਅਤੇ ਜਦੋਂ ਦੋ ਪਿਆਰ ਕਰਨ ਵਾਲਿਆਂ 'ਚੋਂ ਨਾ ਇੱਕ ਬੰਦਾ ਤਕਲੀਫ 'ਚ ਹੁੰਦਾ, ਦੂਜਾ ਬੰਦਾ ਇੱਕ ਸਕਿੰਟ ਲਈ ਵੀ ਸੁੱਖ ਦਾ ਸਾਹ ਨਹੀਂ ਲੈ ਸਕਦਾ। ਚੱਲ ਨਹੀਂ ਚੱਲ, ਅੱਧੀ ਰਾਤੀ ਆ ਗਈ ਤੂੰ ਸਾਡੇ ਘਰੇ ਪਿਆਰ ਦਾ ਭਾਸ਼ਣ ਦੇਣ, ਹੈ ਆ ਤੁਸੀਂ ਭੈਣ ਭਰਾ ਨੂੰ ਨਾ ਮੇਰੀ ਨਿੰਮੋ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਆ ਮੇਰੀ ਨਿੰਮੋ ਨਾਲ ਬਹੁਤ ਖੁਸ਼ ਰਹੂਗੀ ਕਿਉਂਕਿ ਮੈਂ ਆਪਣੇ ਧੀ ਲਈ ਨਾ ਇੱਕ ਬਹੁਤ ਵੱਡੇ ਘਰ ਦਾ ਕਮਾਨ ਵਾਲੇ ਮੁੰਡੇ ਨਾਲ ਰਿਸ਼ਤਾ ਕਰਨ ਡਈ ਹਾਂ। ਬਸ ਕਰਨੀ ਆ ਮੈਂ ਮੂੰਹ ਆਪਣੇ ਸਹੁਰੇ ਘਰ ਜਾ ਕੇ ਕਰੀ, ਬਹੁਤ ਲਾਡ ਲੜਾ ਲੈ ਤੂੰ ਆਪਣੇ ਪੇਕੇ ਘਰ 'ਚ। ਅੱਛਾ, ਇਸੇ ਲਈ ਤੂੰ ਅਖਬਾਰ 'ਚ ਆਏ 20 ਰਿਸ਼ਤਿਆਂ ਨੂੰ ਮਨਾ ਕੀਤਾ ਸੀ ਨਾ, ਹੁਣ ਜਿੱਥੇ ਮੈਂ ਚਾਹਾਂਗੀ ਨਾ ਉੱਥੇ ਰਿਸ਼ਤਾ ਹੋਊਗਾ ਤੇਰਾ, ਲੱਗੀ ਸਮਝ? ਮੇਰੀ ਮੰਮੀ ਨਾਲ ਦੁਸ਼ਮਣੀ ਕਰਕੇ ਤੁਸੀਂ ਆਪਣੀ ਧੀ ਦੀ ਖੁਸ਼ੀਆਂ ਬਰਬਾਦ ਕਰਨ ਡਏ ਹੋ। ਤੁਸੀਂ ਵੀ ਤਾਂ ਜਾਣਦੇ ਹੋ ਨਾ ਕਿ ਨਿੰਮੋ ਤੇ ਵਿੱਕੀ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਨੇ, ਫਿਰ ਤੁਹਾਨੂੰ ਦਿੱਕਤ ਕੀ ਆ? ਵੀਰ, ਤੂੰ ਆ ਸਭ ਕੁਛ ਕਿਵੇਂ ਦੇਖਣ ਡਿਆ? ਬਹੁਤ ਪਿਆਰੀ ਹੈ ਨਾ ਤੈਨੂੰ ਤਾਂ ਨਿੰਮੋ, ਫਿਰ ਤੂੰ ਮਾਮੀ ਨੂੰ ਕੁਛ ਕਹਿਣ ਕਿਉਂ ਨਹੀਂ ਡਿਆ? ਇਹਨਾਂ ਦੀ ਖੁਸ਼ੀਆਂ ਨੂੰ ਬਚਾ ਲੈ ਵੀਰ, ਕੁਝ ਬੋਲ ਮਾਮੀ ਨੂੰ, ਬਹੁਤ ਪਿਆਰ ਕਰਦੇ ਨੇ ਇੱਕ ਦੂਜੇ ਨੂੰ। ਵੀਰ, ਤੂੰ ਸਭ ਤੋਂ ਜ਼ਿਆਦਾ ਪਿਆਰ ਆਪਣੇ ਦੇਸ਼ ਨੂੰ ਕਰਦਾ ਹੈ ਨਾ, ਉੱਦਾਂ ਹੀ ਨਿੰਮੋ ਅਤੇ ਵਿੱਕੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ। ਉਹਨਾਂ ਦੀ ਖੁਸ਼ੀਆਂ ਦਾ ਰੋਲਾ ਨਾ ਬਣ, ਉਹ ਦੋਨੋਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਨੇ। ਨੀ ਬਦਾਮਾ ਲਈਏ, ਆ ਪਿਆਰ ਤੇ ਖੁਸ਼ੀ ਨਾਲ ਨਾ ਢਿੱਡ ਨਹੀਂ ਭਰਦਾ ਹੁੰਦਾ, ਜਦੋਂ ਪਿਆਰ ਦਾ ਭੂਤ ਸਿਰੋਂ ਉੱਤਰਦਾ ਨਾ ਤਾਂ ਢਿੱਡ ਰੋਟੀ ਮੰਗਦਾ ਆ, ਆ ਜ਼ਿੰਦਗੀ ਕੱਟਣ ਲਈ ਨਾ ਰੋਟੀ ਕਮਾਉਣੀ ਪੈਂਦੀ ਹੈ। ਤੂੰ ਮੈਨੂੰ ਆਹ ਦੱਸ ਨੀ, ਆ ਤੇਰਾ ਭਰਾ ਰੋਟੀ ਕਮਾਉਂਦਾ ਵੀ ਹੈ ਕਿ ਨਾ, ਆ ਕੋਈ ਕੰਮ ਧੰਦਾ ਕਰਦਾ ਵੀ ਹੈ ਕਿ ਨਹੀਂ, ਆ ਜਾਂ ਸਿਰਫ ਉਹਨੂੰ ਪਿਆਰ ਪਿਆਰ ਹੀ ਖੇਡਣਾ ਆਉਂਦਾ ਆ? ਦੱਸ ਮੈਨੂੰ, ਬੋਲ। ਬੋਲਦੀ ਕਾਹਦੇ ਨਹੀਂ ਹੈਗੀ,
मैं तो नहीं लगता तेरा भरा कोई काम कुम करता होगा। ते गल सुन ला मेरी, जे दोबारा तेरे भरा ने मेरे घर च अज रात वो यह जी हरकत की ना तो ये बेइज्जती होने तो ना कोई नहीं बचा सकता है। ते चल हूं अपने भरा की बांह फट के दफा हो जा मेरे घरों, चल चल सौन भी नहीं देंदे है। माँ प्यो की मंजूरी बगैर मैं निम्मो का विआह नहीं करा सकता। ते तू मेरी गल सुन, अज तो बाद जे तू दोबारा हरकत की ना तो मैनू भी नहीं पता मैं तेरे ना की हल करांगा। तू ही दोवें जा सकते हो। मैं कुछ दिन वास्ते बाहर की चला गया ते पिछो इना कुछ हो गया। वो साड़ी ती निम्मो ने साड़े तो छुपाइया गल्ला, वो घट्टो घट लालिए तू तो फोन करके दस सकदी सी। हाय हाय जी, हे तो ना भला हो जाए उस लक्की दा जिन्हें एन टाइम सिर आके ना तुहाडी धी दी करतूत बारे दसता, वरना हाडी पिंड च इन्नी बदनामी होनी सी जिहदा असीं हिसाब ही नहीं सी रख पाणा। ते होर सुनो, वो कल विक्की तो साढ़े घर च कंध टप के आ गया रात दे पौने दो बजे। आ जिड्डी तुहाडी कुड़ी वध गई है ना, हुण अगे सानू अपने घर की कंधां दी लंबाई भी वधानी पैनी है। मैथों नहीं बर्दाश्त होंदा कि कोई मुंडा साढ़े घर दियां कंधां टप्पे आ के। तू चिंता ना कर लालिए, मैं चलिया ढाबे ते आउंदिया मैं ठेकेदार नूं भी मिल के आऊंगा। तो अब पूरे महीने के अखबार ने ना कोई अखबार घटता नहीं हैगा, जे एक भी अखबार घट होया ना तो मेरा सारा गुस्सा ना तेरे ते निकल जाना है। हाय मासी जी, एक तो मैं सारा काम कर दिया तोड़ा ते उपरो गाला भी मैं ही सुना की है। एहसान नहीं करन दे तू मेरे ते, अब बोदा ना बोल ते हाथ चला नाले सारे अखबारा चो एक एक पेज कट के ना ब्याला फड़ाई जा मैनू। ऐतके तो जे मैनू कोई चंगा जा रिश्ता लभ पिया ना मैं इस निम्मो नूं तोर ही देना, ये तो पूछना भी नहीं हैगा। मासी जी आ वेखो, आ मुंडा ना मैनूं वधिया लग्गिया ते इहदा टब्बर ना साडे ही पिंड दा है। आ विखा मैनूं। हाय हाय ने सच्ची, ये तो अपने पिंड दे भल्लियां दा मुंडा आ, दिल्ली च रहिंदा आ ते लखां कमांदा आ। नाले ये तां होर वधिया हो गया, इहदी मां तां अज पिंड दे होलिका दहन जाण वाली भी हैगी है, आ तां गल ही बन गई। हाय सच्ची मासी जी, ये तां फिर बहुत वधिया गल है। तुसीं ना इदां करियो, निम्मो ते ओह मिसिज भल्ला दे मुंडे दी ना गल छेड़ लियो विआह दी, की पता गल ही बन जाए। अज माही का दर्द समझ आन दिया मैनू की बीतती है जदों प्यार करन वाले नाल ही खोन की उम्मीद टूट जाती है। वीर जी तो माही नू चज नाल बुलाउंदे भी नहीं, पता नहीं किद्दां सहन करदी है वो दर्द। आ तू ही भैन भरा नू ना मेरी निम्मो दी फिकर करन दी कोई लोड़ नहीं हैगी, आ मेरी निम्मो नू बहुत खुश रहूगी क्योंकि मैं अपने धी लई ना एक बहुत वड्डे घर दा कमान वाले मुंडे नाल ना रिश्ता करन दई आ। मां प्यो दी मंजूरी बगैर मैं निम्मो दा विआह नहीं करा सकदा। ते तू मेरी गल सुन, अज तो बाद जे तू दोबारा हरकत कीती ना तो मैनू भी नहीं पता मैं तेरे नाल की हाल करांगा।
ओए रोटी खा रोटी, बहुता सोचेंगे ना शदाई हो जाएगा। एक्सपर्ट एडवाइस देन रही हैं, मान ला सुखी रहेगा। किदा ना सोचा दीदी, कल निम्मो दी माँ ने उदा रिश्ता किते होर करन दी गल करती। जे निम्मो दा रिश्ता सच्ची किते होर हो गया ते मैं की करांगा। माही पुत्तर, जे रोटी खाली होवे ना ते होलिका दी पूजा दी तैयारियां करवा दे। नाले हाँ, किन्ने बजे हैगी पूजा? पूजा तो 7:30 बजे दी है, पर मैनू तो सिमी नू 5:30 पहुंचना है उत्थे। ठीक है, उत्थे रंगोली ते फुल्लां वाली सजावट करवा दी जिहड़ी तू हर साल करवांदी है। तू छेती चली जी, मैं ना विक्की दे नाल आ जूंगी। मैं नहीं जाना पूजा ते। आहो चलदा काम करना तो तू छड्ड ही दित्ता हुण। उत्थे सारा पिंड आएगा होलिका दी पूजा करन वास्ते, ते तू इत्थे बैठ के ना अपनी माशूक दा रोना रोंदा रही। वह ना तुसी मरो पावे जियो, मैं तां रिक्शा लैके चल जूंगी। वह ठीक ही कहंदे ने मम्मी, सारे पिंड वाले आउणगे उत्थे ते नाले निम्मो भी आऊगी। पर जे तू सोच ही लिया कि पूजा वूजा च नहीं जाना तो ठीक है, मैं तेरे फैसलों की कदर करती हूँ। अच्छा माही, जोगी जी तो शायद जान गए नहीं पूजा च, तू ना जाती हुई रिक्शा भेज दी मेरे वास्ते। कोई लोड़ नहीं रिक्शा रुक्शा करन दी, मैं ले चलांगा तुहानू। ले दस, इन्नी छेती तो साढ़े पिंड की बत्ती भी नहीं आती जिनी छेती तेनू अकल आ गई। आ हुई ना माही बंसल दे भरा वाली गल, तू ना इन्नी टेंशन ना लिया कर। ते हुण ना जाके सोहना जा बन जा, उत्थे निम्मो भी तां होगी ना, वह भी तेनू वेख के किन्नी खुश हो जाएगी। तेरा ते निम्मो दा रिश्ता पक्का होवे चाहे ना, पर जे थोड़े दोनों का एक होना लिखा है ना, तुसी दोनों एक होके ही रहोगे। तू भरोसा रख अपने प्यार ते ते उस रब ते। दीदी कित्थों लियाने हो तुसी की हिम्मत जेड़ी तुहाडे च हैगी है? एक एहजी थां तो जिहड़ा तेरे कोल तां है नहीं। की? दिमाग। अच्छा जे तेनू सच्ची हिम्मत चाहीदी है ना तो मेरी गल सुन, औखे वेले च ना अपनी अखा बंद कर लिया कर, ते फिर एक लंबी सांस भरिया कर, ते फिर उत्थे निम्मो दा चेहरा लेके आया कर, ते फिर देखी किवें आउंदी हिम्मत भज्जी भज्जी। चल हुण रोटी खा। हाय हाय भला हो जाए निम्मो, अज तेनू मिसिज भला ने ना पहली बार देखना है, तेरे लिए ना मैं कोई वधिया जिहा सूट देखदी हाँ। मैं चाहनी हाँ कि तेरे तो इलावा उन्होंने कोई दिसे ही ना। आ सूट आ वेख, प्रीतो लगा के वेख। ना ना आ नहीं, आ वेख मेरी धी ना अज सारे चो सोहनी लगनी चाहिदी आ। बस आ वेख ला के ओए होए की गल, एनिया तैयारियां कुछ खास है की? अच तुहानू नहीं पता अज पिंड च होलिका दी पूजा है ते असी उत्थे ही जान दिया ना तैयारियां करन दे सारे। पर डॉक्टर तुहानू भी आना चाहिए इस पूजा च, तुसी तां पूरी उम्र शहर च रहे हो, पिंडा वालों का भी त्यौहार वेखना चाहिए। सच्ची कहना बहुत मजा आता है, पूरा पिंड ना कट्ठे होकर मना त्यौहार। लो तो फिर चलो नेकी और पूछ पूछ, असं तो वैसे भी पंजाबी हाँ, सानू तो बहाना चाहिए मौज प्रस्ती का। आना होया तो आ जाओ तुम, पर ना कपड़े जरा वेख के पा लियो, असी ना त्यौहार के ना बहुत सोहने सोहने कपड़े पाने। पर मेरे को तो कोई भी ट्रेडिशनल कपड़े है ही नहीं इतने।
ते मैनू नहीं लगता अपने को इन्ना टाइम भी है खरीद के लैके आउन दा। डॉक्टर किड्डी उह गल है, तुहाडे पिंड वाले नहीं एड्डा कुछ करन दिओ, एक सोने जे सूट दा इंतजाम तो कर ही सकदे आ। क्यों मामी दी भोलीए प्रीतो? हाँ बेटिया तू ही कह दे ठीक है। अच्छा डॉक्टर मैनू ना थोड़ा छेती जाना पैना है, होलिका की पूजा लिए ना बहुत तैयारियां करनिया होंदिया ने। तुम इदा करो तुम ना मामी तो प्रीतो ना आ जाओ, मैं तुम्हें उत्थे मिल। आ जा माई पुत्र, चंगा किया तू आ गई। जो तक तू अपने हाथों रंगोली ना बनावे, होलिका की पूजा की सजावट अधूरी रह जाती है। आ जा, आ जा।